ਗੱਲ ਅੱਜ ਆਪਾਂ ਹਾਈ ਬੀ ਪੀ ਦੀ ਕਰਨ ਜਾ ਰਹੇ ਹਾਂ ਕਿ ਆਖਿਰ ਹਾਈ ਬੀ ਪੀ ਹੋਣ ਦੇ ਕਾਰਨ ਕੀ ਹੁੰਦੇ ਨੇ, ਕਿੰਨਾ ਖਤਰਨਾਕ ਰਹਿ ਸਕਦਾ ਹਾਈ ਬੀ ਪੀ ਹੋਣਾ, ਔਰ ਇਸਦੇ ਇਲਾਜ ਕੀ ਨੇ, ਅਸੀਂ ਆਪਣੀ ਨੋਰਮਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਕਰਕੇ ਹਾਈ ਬੀ ਪੀ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹਾਂ, ਜਾਂ ਫਿਰ ਇਹ ਕਹੀਏ ਕਿ ਅਸੀਂ ਹਾਈ ਬੀ ਪੀ ਨੂੰ ਕੰਟਰੋਲ ਦੇ ਵਿੱਚ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਦੇਖੋ ਇਹ ਜਾਣ ਲਓ ਜ਼ਰੂਰ ਕਿ ਹਾਈ ਬੀ ਪੀ ਨੂੰ ਨੋਰਮਲ ਨਹੀਂ ਲੈਣਾ ਚਾਹੀਦਾ, ਇੱਕ ਹਿਸਾਬ ਦਾ ਸਾਇਲੈਂਟ ਕਿਲਰ ਅਸੀਂ ਇਸ ਨੂੰ ਜ਼ਰੂਰ ਕਹਿ ਸਕਦੇ ਹਾਂ, ਕਿਉਂਕਿ ਇਸਦੇ ਨਾਲ ਸਿਰਫ ਹਾਰਟ ਦੀ ਪ੍ਰੋਬਲਮ ਹੀ ਨਹੀਂ, ਅਕਸਰ ਅਸੀਂ ਹਾਈ ਬੀ ਪੀ ਨੂੰ ਸਿਰਫ ਔਰ ਸਿਰਫ ਦਿਲ ਦੀ ਬਿਮਾਰੀ ਦੇ ਨਾਲ ਜੋੜ ਕੇ ਦੇਖਦੇ ਹਾਂ, ਪਰ ਇਸਦੇ ਇਲਾਵਾ ਵੀ ਸਾਡੇ ਕਈ ਔਰਗਨਸ ਦੇ ਉੱਪਰ ਇਸਦਾ ਬੈਡ ਇਫੈਕਟ ਪੈਂਦਾ ਹੈ। ਈਵਨ ਸਾਡੀ ਜਿਹੜੀ ਬਲੱਡ ਸਪਲਾਈ ਦੀਆਂ ਜਿਹੜੀਆਂ ਨਰਵਸ ਨੇ, ਇਹਨਾਂ ਉੱਪਰ ਬੜਾ ਬੈਡ ਇਫੈਕਟ ਪੈਂਦਾ ਹੈ, ਅਤੇ ਹੋਰ ਵੀ ਢੇਰ ਸਾਰੀਆਂ ਪਰੇਸ਼ਾਨੀਆਂ, ਹੈਲਥ ਇਸ਼ੂਜ਼ ਜੋ ਹੈ ਫੇਸ ਕਰਨੇ ਪੈਂਦੇ ਆ। ਸਭ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਸਮਝ ਲਓ ਕਿ ਆਖਿਰ ਜਿਹੜਾ ਹਾਈ ਬੀ ਪੀ ਦੀ ਪ੍ਰੋਬਲਮ ਹੁੰਦੀ ਕਿਉਂ ਹੈ। ਉਸਦੇ ਵਿੱਚ ਦੇਖੋ ਇੱਕ ਕਾਰਨ ਹੁੰਦਾ ਹੈ ਵੱਧਦੀ ਉਮਰ। ਜਦੋਂ ਵੱਧਦੀ ਉਮਰ ਦੇ ਨਾਲ ਅਸੀਂ ਚੇਂਜਸ ਨਹੀਂ ਕਰ ਰਹੇ ਹੁੰਦੇ ਆਪਣੇ ਖਾਣ ਪੀਣ ਦੀ, ਫਿਜ਼ੀਕਲ ਐਕਟੀਵਿਟੀ ਦੀ, ਤਾਂ ਹਾਈ ਬੀ ਪੀ ਦੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਜਾਂ ਅਸੀਂ ਕਹੀਏ ਜੋ ਸਟ੍ਰੈਸ ਬਹੁਤ ਜ਼ਿਆਦਾ ਲੈਂਦੇ ਨੇ, ਘਰ ਦੀ ਗੱਲ ਕਰ ਲਈਏ, ਆਪਣੇ ਕੰਮ ਕਾਰ ਦੀ ਪਰੇਸ਼ਾਨੀ, ਮੈਂਟਲੀ ਆਪਾਂ ਕਹਿੰਦੇ ਅਪਸੈਟ ਜੋ ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਰਹਿਣ ਲੱਗ ਜਾਂਦੇ ਨੇ, ਉਹਨਾਂ ਨੂੰ ਹਾਈ ਬੀ ਪੀ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ। ਜਾਂ ਫਿਰ ਜਿਨ੍ਹਾਂ ਦਾ ਅਨਹੈਲਦੀ ਲਾਈਫ ਸਟਾਈਲ ਹੈ ਖਾਣ ਪੀਣ ਦਾ, ਕੁਛ ਵੀ ਆ ਰਿਹਾ ਖਾ ਰਹੇ ਹਾਂ, ਫਰਾਈ ਖਾ ਰਹੇ ਹਾਂ, ਰੋਜ਼ ਆ ਹੀ ਬਣਿਆ ਹੋਇਆ ਕਿ ਬਾਹਰ ਜਾ ਰਹੇ ਹਾਂ, ਕੁਛ ਨਾ ਕੁਛ ਫਰਾਈ ਖਾਂਦੇ ਜਾ ਰਹੇ ਹਾਂ, ਜੰਕ ਫੂਡ ਖਾ ਰਹੇ ਹਾਂ, ਬੇਕਰੀ ਵਾਲੀ ਚੀਜ਼ਾਂ ਖਾ ਰਹੇ ਹਾਂ, ਹਾਈ ਸ਼ੂਗਰ ਵਾਲੀ ਚੀਜ਼ਾਂ ਖਾ ਰਹੇ ਹਾਂ, ਜ਼ਿਆਦਾ ਨਮਕ, ਜ਼ਿਆਦਾ ਸਪਾਈਸੀ ਚੀਜ਼ਾਂ ਖਾ ਰਹੇ ਹਾਂ, ਤਾਂ ਇਸਦੇ ਨਾਲ ਵੀ ਹਾਈ ਬੀ ਪੀ ਦੀ ਪ੍ਰੋਬਲਮ ਰਹੇਗੀ। ਦੂਸਰਾ ਹੈ ਲਾਈਫ ਸਟਾਈਲ। ਲਾਈਫ ਸਟਾਈਲ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਤੁਹਾਡਾ ਸੋਣਾ, ਤੁਹਾਡੀ ਨੀਂਦ। ਅਗਰ ਤੁਸੀਂ ਪ੍ਰੋਪਰ ਟਾਈਮ 'ਤੇ ਸੋ ਨਹੀਂ ਰਹੇ ਹੋ, ਪ੍ਰੋਪਰ ਆਪਣੀ 7-8 ਘੰਟੇ ਦੀ ਨੀਂਦ ਪੂਰੀ ਨਹੀਂ ਕਰ ਰਹੇ ਹੋ, ਘੱਟ ਸਮਾਂ ਜਾਗ ਸੋ ਕੇ ਜੋ ਹੈ ਜ਼ਿਆਦਾ ਕੰਮ ਦੇ ਵਿੱਚ ਇਨਵੋਲਵ ਰਹਿ ਰਹੇ ਹੋ, ਬੋਡੀ ਨੂੰ ਰੈਸਟ ਹੀ ਨਹੀਂ ਮਿਲ ਪਾ ਰਿਹਾ, ਤਾਂ ਇਸਦੇ ਨਾਲ ਵੀ ਜੋ ਹੈ ਹਾਈ ਬੀ ਪੀ ਦੀ ਪ੍ਰੋਬਲਮ ਹੋ ਜਾਂਦੀ ਹੈ। ਔਰ ਇੱਕ ਹੋਰ ਕਾਰਨ ਜੋ ਹੁੰਦਾ ਹੈ ਜੈਨੇਟਿਕ, ਯਾਨੀ ਕਿ ਅਗਰ ਕਿਸੇ ਦੇ ਪੇਰੈਂਟਸ ਨੂੰ ਵੀ ਪਹਿਲਾਂ ਤੋਂ ਇਹ ਪ੍ਰੋਬਲਮ ਚੱਲਦੀ ਆ ਰਹੀ ਸੀ ਹਾਈ ਬੀ ਪੀ ਦੀ, ਤਾਂ ਉਸ ਦੇ ਨਾਲ ਜੋ ਹੈ ਅੱਗੋਂ ਵੀ ਕਈਆਂ ਦੇ ਵਿੱਚ ਬੱਚਿਆਂ ਵਿੱਚ ਵੀ ਇਹ ਪ੍ਰੋਬਲਮ ਆ ਜਾਂਦੀ ਹੈ। ਪਰ ਜਿਨ੍ਹਾਂ ਨੂੰ ਜੈਨੇਟਿਕ ਪ੍ਰੋਬਲਮ ਵੀ ਹੋਵੇ, ਉਹ ਵੀ ਜੋ ਹੈ ਆਪਣੀ ਫਿਜ਼ੀਕਲ ਐਕਟੀਵਿਟੀ ਔਰ ਆਪਣੇ ਖਾਣ ਪੀਣ ਦੇ ਸਟਾਈਲ ਵਿੱਚ ਚੇਂਜਿਸ ਦੇ ਨਾਲ ਹਾਈ ਬੀ ਪੀ ਦੀ ਪ੍ਰੋਬਲਮ ਨੂੰ ਕੰਟਰੋਲ ਦੇ ਵਿੱਚ ਰੱਖ ਸਕਦੇ ਨੇ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਹਾਈ ਬੀ ਪੀ ਦੇ ਨਾਲ ਕਿਸ ਕਿਸ ਤਰ੍ਹਾਂ ਦੀ ਪ੍ਰੋਬਲਮਸ ਹੋ ਸਕਦੀਆਂ, ਕਿਹੜੇ ਕਿਹੜੇ ਔਰਗਨਸ, ਅਤੇ ਦਿਲ ਦੀ ਆਪਾਂ ਗੱਲ ਕਰ ਚੁੱਕੇ ਹਾਂ, ਅੱਖਾਂ ਦੇ ਉੱਪਰ ਬੜਾ ਬੈਡ ਇਫੈਕਟ ਪੈਂਦਾ, ਆਈਸਾਈਟ ਵੀਕ ਹੋ ਜਾਂਦੀ ਹੈ, ਧੁੰਦਲਾ ਵੀ ਦਿਖਣ ਲੱਗਦਾ ਜਦੋਂ ਹਾਈ ਬੀ ਪੀ ਚੱਲ ਰਿਹਾ ਹੁੰਦਾ, ਮੈਮਰੀ ਲੋਸ ਭੁੱਲਣ ਲੱਗ ਜਾਂਦੀਆਂ ਨੇ ਚੀਜ਼ਾਂ, ਔਰ ਸਾਡੇ ਜਿਹੜੇ ਫੇਫੜੇ ਨੇ, ਕਿਡਨੀ ਨੇ, ਹਰ ਇੱਕ ਚੀਜ਼ ਉੱਪਰ ਇਸਦਾ ਬਹੁਤ ਬੁਰਾ ਅਸਰ ਪੈ ਰਿਹਾ ਹੁੰਦਾ ਹੈ। ਅਗਰ ਆਪਾਂ ਸਿਮਟਮਸ, ਨਿਸ਼ਾਨੀਆਂ ਦੀ ਗੱਲ ਕਰੀਏ, ਸਿਰ ਦਰਦ ਕਾਫੀ ਰਹਿਣ ਲੱਗ ਜਾਂਦਾ ਹੈ, ਥਕਾਵਟ ਬਹੁਤ ਜ਼ਿਆਦਾ ਫੀਲ ਹੁੰਦੀ ਹੈ, ਚੱਲਦੇ ਫਿਰਦੇ ਜੋ ਹੈ ਸਾਹ ਚੜ੍ਹਨ ਲੱਗਦਾ, ਇਕਦਮ ਜੋ ਹੈ ਆਪਣੀ ਹਾਰਟਬੀਟ ਫਾਸਟ ਨਜ਼ਰ ਆਉਣ ਲੱਗਦੀ ਹੈ, ਹਾਰਟਬੀਟ ਤੇਜ਼ ਹੋ ਜਾਂਦੀ ਹੈ, ਮਹਿਸੂਸ ਹੁੰਦਾ ਬਾਰ ਬਾਰ। ਔਰ ਇੱਥੇ ਵੀ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਆਫਟਰ 35 ਜੋ ਹੈ ਤੁਹਾਨੂੰ ਰੈਗੂਲਰ ਆਪਣਾ ਬੀ ਪੀ ਚੈੱਕ ਕਰਨਾ ਹੀ ਚਾਹੀਦਾ ਹੈ, ਔਰ ਜਿਨ੍ਹਾਂ ਨੂੰ ਤਾਂ ਹਾਈ ਬੀ ਪੀ ਦੀ ਪ੍ਰੋਬਲਮ ਅਗਰ ਰਹਿੰਦੀ ਹੈ, ਤਾਂ ਉਹਨਾਂ ਨੂੰ ਤਾਂ ਜ਼ਰੂਰ ਦਿਨ ਦੇ ਵਿੱਚ 2 ਵਾਰ ਆਪਣਾ ਬੀ ਪੀ ਚੈੱਕ ਕਰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਤੁਸੀਂ ਆਪਣੇ ਬੀ ਪੀ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਆਪਣੇ ਖਾਣ ਪੀਣ ਦੀ ਹੈਬਿਟਸ ਨੂੰ ਕੰਟਰੋਲ ਕਰ ਸਕੋ। ਦੇਖੋ ਅਗਰ ਹਾਈ ਬੀ ਪੀ ਹੈ, ਤੁਸੀਂ ਇਹ ਸੋਚੋ ਕਿ ਗੋਲੀ ਲੱਗ ਗਈ ਹੈ, ਚਲੋ ਅਸੀਂ ਗੋਲੀ ਤਾਂ ਖਾ ਹੀ ਰਹੇ ਹਾਂ, ਫਿਰ ਜੋ ਅਸੀਂ ਜੋ ਮਰਜ਼ੀ ਕੁਝ ਖਾਈਏ, ਅਜਿਹਾ ਬਿਲਕੁਲ ਵੀ ਨਹੀਂ ਹੈ, ਕਿਉਂਕਿ ਤੁਹਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਚਾਹੇ ਤੁਹਾਨੂੰ ਗੋਲੀ ਖਾਣੀ ਪੈਂਦੀ ਹੈ ਬੀ ਪੀ ਨੂੰ ਕੰਟਰੋਲ ਕਰਨ ਦੇ ਵਿੱਚ, ਪਰ ਫਿਰ ਵੀ ਤੁਸੀਂ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਜ਼ਰੂਰ ਸੁਧਾਰ ਲਓ, ਕਿਉਂਕਿ ਲਗਾਤਾਰ ਅਗਰ ਅਸੀਂ ਕਿਸੇ ਚੀਜ਼ ਦੇ ਆਦੀ ਦਵਾਈ ਦੇ ਹੋ ਜਾਂਦੇ ਹਾਂ, ਤਾਂ ਉਸਦੇ ਵੀ ਸਾਈਡ ਇਫੈਕਟ ਕਿਤੇ ਨਾ ਕਿਤੇ ਸਾਡੀ ਬੋਡੀ 'ਤੇ ਜ਼ਰੂਰ ਦੇਖਣ ਨੂੰ ਮਿਲਦੇ ਨੇ। ਗੋਲੀ ਵੀ ਅਗਰ ਖਾ ਰਹੇ ਹੋ, ਫਿਰ ਵੀ ਤੁਹਾਨੂੰ ਆਪਣੀ ਖਾਣ ਪੀਣ ਦੀਆਂ ਆਦਤਾਂ ਇਸ ਲਈ ਵੀ ਕੰਟਰੋਲ ਰੱਖਣੀਆਂ ਪੈਣਗੀਆਂ ਕਿ ਇਹ ਨਾ ਹੋਵੇ ਕਿ ਇੱਕ ਪੁਆਇੰਟ ਅਜਿਹਾ ਆ ਜਾਏ ਕਿ ਗੋਲੀ ਖਾਂਦੇ ਖਾਂਦੇ ਵੀ ਬੀ ਪੀ ਜੋ ਹੈ ਹਾਈ ਜਾ ਰਿਹਾ ਹੈ, ਕੰਟਰੋਲ ਵਿੱਚ ਨਹੀਂ ਆ ਰਿਹਾ। ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ। ਔਰ ਦੂਸਰਾ ਇੱਥੇ ਮੈਂ ਜਦੋਂ ਆਪਾਂ ਗੱਲ ਇਲਾਜ ਦੀ ਕਰੀਏ, ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ, ਕਿ ਗੋਲੀ ਖਾਣ ਦੀ ਨੌਬਤ ਆਵੇ ਹੀ ਨਾ,
ਸਭ ਤੋਂ ਪਹਿਲਾਂ ਤਾਂ ਦੇਖੋ ਫਿਜ਼ੀਕਲ ਐਕਟੀਵਿਟੀ ਦੀ ਆਪਾਂ ਗੱਲ ਕਰੀਏ, ਸੈਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਚਾਹੇ ਹਾਈ ਬੀਪੀ ਦੀ ਪ੍ਰੋਬਲਮ ਹੈ। ਲੋ ਬੀਪੀ ਵਾਲਿਆਂ ਨੂੰ ਵੀ ਮੈਂ ਇੱਥੇ ਕਹਿਣਾ ਚਾਹੂੰਗੀ, ਵਾਕ ਕਰਨੀ ਉਹਨਾਂ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋ ਬੀਪੀ ਦੇ ਉੱਪਰ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ, ਪਰ ਅੱਜ ਆਪਾਂ ਜਿਵੇਂ ਹਾਈ ਬੀਪੀ ਦੇ ਉੱਪਰ ਗੱਲ ਕਰ ਰਹੇ ਹਾਂ, ਤਾਂ ਵਾਕ ਕਰੋ, ਤੁਸੀਂ ਜੋਗਿੰਗ ਕਰ ਸਕਦੇ ਹੋ ਥੋੜ੍ਹੀ ਬਹੁਤ, ਉਹ ਉਸ ਵੇਲੇ ਨਹੀਂ ਕਰਨੀ ਜਦੋਂ ਬੀ ਪੀ ਇੱਕਦਮ ਬਹੁਤ ਹਾਈ ਹੋਇਆ ਹੋਇਆ। ਨੋਰਮਲ ਆਪਣੀ ਲਾਈਫ ਦਾ ਰੂਟੀਨ ਬਣਾਓ ਕਿ ਤੁਹਾਡੀ ਬੋਡੀ ਜੋ ਹੈ ਫਿਜ਼ੀਕਲ ਐਕਟੀਵਿਟੀ 'ਤੇ ਸੈੱਟ ਹੋ ਸਕੇ, ਔਰ ਉਸਦੇ ਨਾਲ ਤੁਹਾਡਾ ਬਲੱਡ ਫਲੋ ਜੋ ਹੈ ਨੋਰਮਲ ਜ਼ਰੂਰ ਰਹਿ ਸਕੇ। ਔਰ ਦੇਖੋ ਜਦੋਂ ਹਾਈ ਬੀ ਪੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਸ ਟਾਈਮ ਬਲੱਡ ਸਰਕੂਲੇਸ਼ਨ ਇੱਕਦਮ ਬਹੁਤ ਜ਼ਿਆਦਾ ਫਾਸਟ ਹੋਈ ਹੁੰਦੀ ਹੈ, ਜਿਸ ਕਰਕੇ ਇੱਕ ਔਰਗਨ 'ਤੇ ਵੀ ਕਈ ਵਾਰ ਬਹੁਤ ਜ਼ਿਆਦਾ ਬੈਡ ਇਫੈਕਟ ਪੈ ਜਾਂਦਾ ਅਗਰ ਬੀ ਪੀ ਬਹੁਤ ਜ਼ਿਆਦਾ ਹਾਈ ਚਲਾ ਜਾਂਦਾ। ਕਈ ਵਾਰ ਜੋ ਹੈ ਅੱਖਾਂ ਦੇ ਵਿੱਚ ਹਾਈ ਬੀ ਪੀ ਕਰਕੇ ਪ੍ਰੋਬਲਮ ਆ ਜਾਂਦੀ ਹੈ, ਜਿਹੜੀਆਂ ਅੱਖਾਂ ਦੀ ਨਰਵਸ ਹੁੰਦੀਆਂ ਬਹੁਤ ਪਤਲੀਆਂ ਹੁੰਦੀਆਂ, ਬਰੀਕ ਹੁੰਦੀਆਂ, ਬਲੱਡ ਫਲੋ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਉਹਨਾਂ ਉਹ ਡੈਮੇਜ ਵੀ ਕਈ ਵਾਰੀ ਕਈਆਂ ਦੀਆਂ ਹੋ ਜਾਂਦੀਆਂ ਕੁਝ ਕੇਸਿਸ ਦੇ ਵਿੱਚ। ਸੋ ਆਪਣੇ ਖਾਣ ਪੀਣ ਦੇ ਵਿੱਚ ਨਮਕ ਤੁਸੀਂ ਘੱਟ ਰੱਖੋ, ਪਾਣੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਪੀਣਾ ਚਾਹੀਦਾ ਹੈ, ਸੈਲਡ ਹਰੀਆਂ ਸਬਜ਼ੀਆਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਰੱਖਣਾ ਹੈ। ਔਰ ਅਗਰ ਆਪਾਂ ਗੱਲ ਕਰੀਏ ਕਿ ਦਿਨ ਦੀ ਸ਼ੁਰੂਆਤ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ, ਤਾਂ ਦਿਨ ਦੀ ਸ਼ੁਰੂਆਤ ਤੁਸੀਂ ਜ਼ਰੂਰ ਜਿਹੜੇ ਡਰਾਈ ਫਰੂਟਸ ਹੁੰਦੇ ਨੇ ਅਤੇ ਉਸਦੇ ਵਿੱਚ ਵੀ ਦੇਖੋ ਅੰਜੀਰ, ਅੰਜੀਰ ਬਹੁਤ ਅੱਛੀ ਚੀਜ਼ ਹੈ, ਤੁਸੀਂ ਰਾਤ ਨੂੰ ਇਸ ਨੂੰ ਭਿਉਂ ਦੇਣਾ। ਅੰਜੀਰ ਦੇ ਨਾਲ ਨਾਲ ਤੁਸੀਂ ਅਖਰੋਟ, ਇੱਕ ਡੇਢ ਜਾਂ ਦੋ ਅਖਰੋਟ ਦੀਆਂ ਗਿਰੀਆਂ, ਸੱਤ ਅੱਠ ਬਦਾਮ ਤੁਸੀਂ ਲਓ, ਸੋਗੀਆਂ ਹੁੰਦੀਆਂ, ਕਿਸ਼ਮਿਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਤੁਸੀਂ ਰਾਤ ਨੂੰ ਭਿਉਂ ਦਿਓ, ਸਵੇਰੇ ਇਹਨਾਂ ਨੂੰ ਤੁਸੀਂ ਖਾਓ। ਔਰ ਇਸਦੇ ਵਿੱਚ ਇੰਨੀ ਅੱਛੀ ਚੀਜ਼ਾਂ, ਮੈਗਨੀਸ਼ੀਅਮ ਹੁੰਦਾ ਹੈ, ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹੈ। ਸਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਇਸ ਦੇ ਨਾਲ ਮਿਲਦੇ ਨੇ, ਐਂਟੀਆਕਸੀਡੈਂਟਸ ਮਿਲਦੇ ਨੇ, ਜੋ ਬੋਡੀ ਨੂੰ ਸਹੀ ਤਰ੍ਹਾਂ ਮੈਨੇਜ ਕਰਨ ਦੇ ਵਿੱਚ ਮਦਦ ਕਰਦੇ ਆ। ਔਰ ਹਾਈ ਬੀ ਪੀ ਵਾਲਿਆਂ ਦੇ ਲਈ ਜਿਹੜਾ ਕੱਦੂ ਦਾ ਜੂਸ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਲ ਹੈ, ਕਈ ਤਰ੍ਹਾਂ ਦੇ ਵਿਟਾਮਿਨਸ, ਕਈ ਤਰ੍ਹਾਂ ਦੇ ਮਿਨਰਲਸ ਜੋ ਹੈ ਇਸ ਤੋਂ ਤੁਹਾਨੂੰ ਮਿਲ ਜਾਂਦੇ ਨੇ। ਔਰ ਸਿਰਫ ਇਸ ਦੇ ਨਾਲ ਤੁਹਾਡਾ ਬੀ ਪੀ ਹੀ ਕੰਟਰੋਲ ਨਹੀਂ ਹੋਏਗਾ, ਹੋਰ ਵੀ ਢੇਰੋਂ ਪ੍ਰੋਬਲਮਸ ਦੇ ਵਿੱਚ ਤੁਹਾਨੂੰ ਇਸ ਦੇ ਨਾਲ ਜੋ ਹੈ ਕਾਫੀ ਮਦਦ ਮਿਲੇਗੀ। ਇੱਕ ਹੋਰ ਮੈਂ ਗੱਲ ਜ਼ਰੂਰ ਦੱਸਣਾ ਚਾਹੂੰਗੀ, ਜਿਨ੍ਹਾਂ ਨੂੰ ਹਾਈ ਬੀ ਪੀ ਦੀ ਪ੍ਰੋਬਲਮ ਹੁੰਦੀ ਹੈ, ਅਗਰ ਉਹ ਕੰਟਰੋਲ ਦੇ ਵਿੱਚ ਨਹੀਂ ਰੱਖਦੇ ਔਰ ਆਪਣੀ ਖਾਣ ਪੀਣ ਦੀ ਆਦਤਾਂ ਨੂੰ ਸੈੱਟ ਨਹੀਂ ਰੱਖਦੇ ਹੈ, ਸਿਰਫ ਗੋਲੀ 'ਤੇ ਡਿਪੈਂਡ ਹੋ ਜਾਂਦੇ ਨੇ, ਤਾਂ ਅੱਗੋਂ ਆਉਣ ਵਾਲੇ ਟਾਈਮ ਦੇ ਨਾਲ ਨਾਲ ਉਹਨਾਂ ਨੂੰ ਡਾਇਬਟੀਜ਼ ਯਾਨੀ ਸ਼ੂਗਰ ਦੀ ਪ੍ਰੋਬਲਮ ਵੀ ਫੇਸ ਕਰਨੀ ਪੈ ਸਕਦੀ ਹੈ। ਕਈ ਕੇਸਿਸ ਵਿੱਚ ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਹਾਈ ਬੀ ਪੀ ਸੀ, ਬਾਅਦ ਵਿੱਚ ਜੋ ਹੈ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਹੋ ਗਈ। ਸੋ ਆਪਣੀ ਡਾਇਟ ਵਿੱਚ ਜਦੋਂ ਫਾਈਬਰ ਜ਼ਿਆਦਾ ਰੱਖਣ ਦੀ ਆਪਾਂ ਗੱਲ ਕਰਦੇ ਹਾਂ, ਸੈਲਡ ਤਾਂ ਸਭ ਨੂੰ ਪਤਾ ਹੀ ਹੁੰਦਾ, ਤਾਂ ਤੁਸੀਂ ਦਲੀਆ ਜੋ ਹੈ ਉਹ ਵੀ ਆਪਣੀ ਦਿਨ ਦੀ ਸ਼ੁਰੂਆਤ ਦਲੀਆ ਨਾਲ ਕਰ ਸਕਦੇ ਹੋ। ਓਟਸ ਬਹੁਤ ਅੱਛਾ ਸੋਰਸ ਹੈ ਫਾਈਬਰ ਨੂੰ, ਫਾਈਬਰ ਦੇ ਨਾਲ ਦਿਨ ਦੀ ਸ਼ੁਰੂਆਤ ਕਰਨ ਦੇ ਲਈ, ਜਿਸ ਦੇ ਵਿੱਚ ਤੁਹਾਨੂੰ ਫਾਈਬਰ ਤਾਂ ਅੱਛਾ ਮਿਲਦਾ ਹੈ, ਫੈਟ ਬਹੁਤ ਘੱਟ ਹੁੰਦਾ। ਜਿੱਥੇ ਆਪਾਂ ਫੈਟ ਦੀ ਗੱਲ ਕਰ ਰਹੇ ਹਾਂ, ਫਰਾਈ ਚੀਜ਼ਾਂ ਘੱਟ ਕੀ ਬੰਦ ਹੀ ਕਰ ਦਿਉ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਆਫਟਰ 35 ਆਪਾਂ ਅਗਰ ਤੁਸੀਂ ਡਾਕਟਰ ਦੀ ਵੀ ਸਲਾਹ ਲਓਗੇ ਤਾਂ ਸਾਨੂੰ ਜਿਹੜਾ ਹੈ ਓਇਲ, ਦੇਸੀ ਘਿਓ, ਫਰਾਈ ਚੀਜ਼ਾਂ ਇਹਨਾਂ ਸਭ ਤੋਂ ਗਰੇਜ਼ ਕਰਨਾ ਚਾਹੀਦਾ, ਕਿਉਂਕਿ ਇਨਵਿਜ਼ੀਬਲ ਫੈਟ ਸਾਨੂੰ ਮਿਲ ਹੀ ਰਿਹਾ ਹੁੰਦਾ ਵੱਖ ਵੱਖ ਸੋਰਸ ਤੋਂ, ਜਿਵੇਂ ਕਿ ਆਪਾਂ ਦੁੱਧ ਪੀ ਰਹੇ ਹਾਂ ਤਾਂ ਦੁੱਧ ਤੋਂ ਵੀ ਤੁਹਾਨੂੰ ਫੈਟ ਮਿਲ ਰਿਹਾ, ਇਨਵਿਜ਼ੀਬਲ ਫੈਟ ਜੋ ਹੈ ਸਫੀਸ਼ੈਂਟ ਹੋ ਜਾਂਦਾ। ਈਵਨ ਜੇ ਮੈਂ ਡਰਾਈ ਫਰੂਟਸ ਦੀ ਗੱਲ ਕੀਤੀ ਸੀ, ਭਿਉਂ ਕੇ ਅਗਲੇ ਦਿਨ ਸਵੇਰੇ ਖਾਣੇ ਆ, ਉਹਨਾਂ ਤੋਂ ਵੀ ਸਾਨੂੰ ਵਿਟਾਮਿਨ ਈ, ਵਿਟਾਮਿਨ ਜਿਹੜਾ ਏ ਹੈ, ਇਹ ਸਾਰੇ ਜਿਹੜੇ ਹੈ ਅੱਛੇ, ਔਰ ਓਮੇਗਾ 3 ਫੈਟੀ ਐਸਿਡ ਸਾਨੂੰ ਮਿਲਦੇ ਨੇ, ਔਰ ਫੈਟ ਸੋਲਿਬਲ ਵਿਟਾਮਿਨ ਜਿਹੜੇ ਸਾਨੂੰ ਮਿਲ ਰਹੇ ਨੇ, ਇਹ ਕਿਤੇ ਨਾ ਕਿਤੇ ਸਾਡੇ ਫੈਟ ਦੀ ਜਿਹੜੀ ਇੱਕ ਲਿਮਿਟ ਹੁੰਦੀ ਹੈ ਉਸਨੂੰ, ਗੁੱਡ ਫੈਟ ਸਾਨੂੰ ਇਹਨਾਂ ਤੋਂ ਮਿਲਦਾ, ਔਰ ਪੂਰਤੀ ਸਾਡੀ ਹੋ ਜਾਂਦੀ ਹੈ ਉਸ ਤੋਂ। ਇਸ ਲਈ ਇਹ ਨਾ ਸੋਚੋ ਕਿ ਅਸੀਂ ਫਿੱਟ ਰਹਿਣਾ ਤਾਂ ਅਸੀਂ ਦੇਸੀ ਘਿਓ ਜ਼ਰੂਰ ਖਾਣਾ ਹੈ। ਸੋ ਉਹ ਵੀ ਇੱਕ ਲਿਮਿਟ ਹੈ ਤੁਹਾਡੀ ਹੈਲਥ ਇਸ਼ੂ ਦੇ ਅਕੋਰਡਿੰਗਲੀ, ਤੁਸੀਂ ਡਾਕਟਰ ਤੋਂ ਪੁੱਛ ਸਕਦੇ ਹੋ ਅਸੀਂ ਕਿੰਨਾ ਖਾਣਾ, ਪਰ ਕੋਸ਼ਿਸ਼ ਕਰੋ। ਸਬਜ਼ੀਆਂ ਵੀ ਦੇਖੋ, ਜਿਨ੍ਹਾਂ ਨੂੰ ਪ੍ਰੋਬਲਮ ਹੈ, ਬਿਨਾਂ ਤੇਲ ਘਿਓ ਦੇ ਵੀ ਤੜਕਾ ਤਿਆਰ ਹੋ ਜਾਂਦਾ, ਸਬਜ਼ੀਆਂ ਤਿਆਰ ਹੋ ਜਾਂਦੀਆਂ ਨੇ। ਸੋ ਫਰਾਈ ਚੀਜ਼ਾਂ ਛੱਡ ਦਿਓ,
ਫਾਸਟ ਫੂਡ ਛੱਡ ਦਿਓ ਬਿਲਕੁਲ ਹੀ। ਚੰਗੀ ਡਾਇਟ 'ਤੇ ਅਗਰ ਤੁਸੀਂ ਰੱਖਦੇ ਹੋ ਤਾਂ ਬੀ ਪੀ ਤੁਸੀਂ ਕੰਟਰੋਲ ਕਰ ਸਕਦੇ ਹੋ। ਅਗਰ ਤੁਸੀਂ ਕੋਈ ਗੋਲੀ ਵੀ ਖਾ ਰਹੇ ਹੋ ਨਾ ਬੀ ਪੀ ਕੰਟਰੋਲ ਕਰਨ ਦੀ, ਉਹ ਵੀ ਜ਼ਰੂਰ ਛੁੱਟ ਸਕਦੀ ਹੈ। ਸੋ ਸੈਚੂਰੇਟਿਡ ਫੈਟ ਦੀ ਆਪਾਂ ਗੱਲ ਕਰ ਚੁੱਕੇ ਹਾਂ, ਤੇਲ ਘਿਓ ਇਹਨਾਂ ਚੀਜ਼ਾਂ ਤੋਂ ਤੁਸੀਂ ਗੁਰੇਜ਼ ਕਰੋ। ਟਰਾਂਸ ਫੈਟ ਤੋਂ ਤਾਂ ਦੂਰੀ ਬਣਾਉਣੀ ਹੀ ਹੈ, ਟਰਾਂਸ ਫੈਟ ਜੋ ਅਸੀਂ ਬਾਜ਼ਾਰ ਦੇ ਵਿੱਚੋਂ ਤਲੀਆਂ ਚੀਜ਼ਾਂ ਲੈ ਰਹੇ ਹਾਂ, ਕਿਉਂਕਿ ਇੱਕ ਹੀ ਤੇਲ ਬਾਰ ਬਾਰ ਯੂਜ਼ ਕੀਤਾ ਜਾ ਰਿਹਾ ਹੁੰਦਾ ਹੈ। ਜਿੰਨੀ ਜ਼ਿਆਦਾ ਵਾਰ ਕੋਈ ਤੇਲ ਯੂਜ਼ ਕੀਤਾ ਜਾ ਰਿਹਾ, ਉਨਾ ਹੀ ਟਰਾਂਸ ਫੈਟ ਉਸਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕਿਆ ਹੁੰਦਾ ਹੈ। ਅਤੇ ਜਿਨ੍ਹਾਂ ਨੂੰ ਅਗਰ ਹਾਈ ਬੀ ਪੀ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਉਹਨਾਂ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਡੇਂਜਰਸ ਰਹਿਣ ਵਾਲਾ ਹੈ। ਸੋ ਹਾਈ ਬੀ ਪੀ ਨੂੰ ਇੰਨਾ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਔਰ ਆਫਟਰ 30 ਆਫਟਰ 35 ਸਭ ਨੂੰ ਸੁਚੇਤ ਹੋਣਾ ਚਾਹੀਦਾ ਹੈ, ਤਾਂ ਕਿ ਤੁਸੀਂ ਆਪਣੀ ਸਹੀ ਡਾਇਟ ਦੇ ਨਾਲ, ਆਪਣੀ ਸਹੀ ਫਿਜ਼ੀਕਲ ਐਕਟੀਵਿਟੀਜ਼ ਦੇ ਨਾਲ ਹਾਈ ਬੀ ਪੀ ਦੀ ਪ੍ਰੋਬਲਮ ਤੋਂ ਬਚੇ ਹੀ ਰਹੋ। ਸੋ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਹੈ, ਪਰੌਂਠਿਆਂ ਨਾਲ ਦਿਨ ਦੀ ਸ਼ੁਰੂਆਤ ਕਰਨ ਤੋਂ ਬਿਲਕੁਲ ਤੁਹਾਨੂੰ ਗਰੇਜ਼ ਜ਼ਰੂਰ ਕਰਨਾ ਚਾਹੀਦਾ ਹੈ। ਖਾਸ ਤੌਰ 'ਤੇ ਆਪਾਂ ਹੁਣ ਗਰਮੀਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਹਾਈ ਬੀ ਪੀ ਦੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦਾ ਬੀ ਪੀ ਗਰਮੀਆਂ ਵਿੱਚ ਅਕਸਰ ਆਪਾਂ ਦੇਖਦੇ ਹਾਂ ਜ਼ਿਆਦਾ ਹੋ ਜਾਂਦਾ ਹੈ, ਕਿਉਂਕਿ ਪਾਣੀ ਦੀ ਵੀ ਕਮੀ ਹੋ ਰਹੀ ਹੁੰਦੀ ਹੈ। ਉੱਪਰੋਂ ਜੇ ਤੁਸੀਂ ਤੇਜ਼ ਮਸਾਲੇ, ਜ਼ਿਆਦਾ ਨਮਕ ਵਾਲੀ ਚੀਜ਼ਾਂ ਖਾ ਰਹੇ ਹੋ, ਤਾਂ ਉਸਦਾ ਵੀ ਨੁਕਸਾਨ ਹਾਈ ਬੀ ਪੀ ਵਾਲਿਆਂ ਨੂੰ ਦੇਖਣਾ ਪੈਂਦਾ ਹੈ। ਨਮਕ ਘੱਟ ਖਾਓ, ਸਪਾਈਸੀ ਚੀਜ਼ਾਂ ਘੱਟ ਖਾਓ, ਫਰਾਈ ਚੀਜ਼ਾਂ ਬੰਦ ਕਰ ਦਿਓ ਬਿਲਕੁਲ ਹੀ, ਔਰ ਹਰੀਆਂ ਸਬਜ਼ੀਆਂ, ਤਾਜ਼ਾ ਫਰੂਟ ਖਾਓ, ਜਿਸ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਵੀ ਜ਼ਰੂਰ ਮਿਲ ਜਾਏ। ਤਾਂ ਤੁਸੀਂ ਜ਼ਰੂਰ ਆਪਣੇ ਵਿਚਾਰ, ਆਪਣੇ ਸੁਝਾਅ ਮੇਰੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਹੁਣ ਤੱਕ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ, ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਜਿਨ੍ਹਾਂ ਨੂੰ ਹਾਈ ਬੀ ਪੀ ਦੀ ਪ੍ਰੋਬਲਮ ਹੈ, ਉਹ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ। ਡਰਾਈ ਫਰੂਟ ਤਾਂ ਸਭ ਨੂੰ ਹੀ ਖਾਣਾ ਚਾਹੀਦਾ ਹੈ, ਰਾਤ ਨੂੰ ਭਿਉਂ ਕੇ ਅਗਲੇ ਦਿਨ ਸਵੇਰੇ ਖਾਓ। ਇਹ ਸਿਰਫ ਹਾਈ ਬੀ ਪੀ ਨੂੰ ਕੰਟਰੋਲ ਵਿੱਚ ਕਰਨ ਦੇ ਲਈ ਹੀ ਨਹੀਂ, ਆਪਣੇ ਆਪ ਨੂੰ ਹੈਲਦੀ ਰੱਖਣ ਲਈ, ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਖਿਲਾਓ, ਤਾਂ ਕਿ ਉਹਨਾਂ ਦਾ ਮਾਇੰਡ ਸ਼ਾਰਪ ਹੋਵੇ, ਫੋਕਸ ਉਹਨਾਂ ਦਾ ਪੜ੍ਹਾਈ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਣ ਸਕੇ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।